ਮਾਨ ਘਰੇ ਹੈਗੇ ਆ ਤੇ ਦੁੱਧ ਦੁੱਧ ਧਰ ਲਈਏ, ਅਗਰ ਗਰਮੀ ਬੜੀ ਜ਼ਿਆਦਾ ਨਾ ਹੋਵੇ ਦੁੱਧ ਖਰਾਬ ਹੋ ਜਾਂਦਾ। ਮੈਂ ਦੁੱਧ ਦੁੱਧ ਧਰ ਕੇ ਤੇ ਚਾਹ ਬਣਾ ਲੈਂਦੇ ਹੁਣੇ। ਕੱਲ੍ਹ ਸੁਖਨਾ ਗੁਰਬਾਜ ਨੇ ਆਪਣੇ ਨੇ ਆ ਜਾਣਾ ਵਾ ਘਰ, ਫੋਨ ਕੀਤਾ ਸੀ ਅਤੇ ਆਹ ਜਿਹੜੇ ਖਿਡੌਣੇ ਆ ਸਾਰੇ ਸਜਾ ਤੇ, ਮੰਮੀ ਹੋਣਾਂ ਨੇ ਧੋ ਧੂ ਕੇ ਰੱਖ ਤੇ, ਹਜੇ ਇੱਕੋ ਬੋਰਾ ਖੋਲਿਆ ਵਾ ਅਤੇ ਇੱਕ ਬੋਰਾ ਉੱਪਰ ਪਿਆ ਵਾ ਹਜੇ। ਮੰਮੀ ਮੈਂ ਕਿਹਾ ਮੰਮੀ ਬੜੇ ਇੰਨੇ ਹੀ, ਅਤੇ ਮੰਮੀ ਹੋਣਾਂ ਸਾਰੇ ਧੋ ਕੇ ਤੇ ਆ ਨੈਣ ਸਿਰ ਲਾ ਤੇ ਆ। ਕਿੰਨੀਆਂ ਗੱਡੀਆਂ ਗੁੱਡੀਆਂ ਜੇ ਉਹ ਕਿੰਨਾ ਕਢਾਉਣਾ ਪਿਆ ਵੇਖੋ, ਅਤੇ ਹੁਣ ਆਊਗਾ ਤਾਂ ਫਿਰ ਖੇਡੂਗਾ ਆ ਕੇ ਹੁਣ। ਸਤਿ ਸ਼੍ਰੀ ਅਕਾਲ, ਵੈਲਕਮ, ਕੀ ਹਾਲ ਚਾਲ, ਠੀਕ ਠਾਕ ਹੋ ਮੇਰੇ ਭੈਣ ਭਰਾ, ਅਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੋਗ ਦੇ ਵਿੱਚ। ਅੱਜ ਦਾ ਵਲੋਗ ਹੈਗਾ ਯਾਨੀ ਕਿ ਅੱਜ ਆ ਰਹੇ ਪ੍ਰੀਤ ਹੋਣੀ ਲੁਧਿਆਣੇ ਤੋਂ, ਅਤੇ ਮਤਲਬ ਬੱਸ 'ਚ ਬੈਠੀ ਹੈ ਤਾਂ ਮੈਨੂੰ ਹੁਣੇ ਕਾਲ ਕੀਤੀ ਸੀ, ਕਹਿੰਦੀ ਮੈਂ ਗੋਲਡਨ ਗੇਟ ਲਾਗੇ ਆਪਣੇ ਉਤਰ ਜੂੰਗੀ ਅਤੇ ਤੁਸੀਂ ਉੱਥੇ ਆ ਕੇ ਲੈ ਜਾਓ, ਅਤੇ ਮੈਂ ਲੈ ਜੂੰਗਾ, ਮੈਨੂੰ ਆ ਕੇ ਕਾਲ ਕਰਦੀ ਲਾਗੇ, ਅਤੇ ਉਨੇ ਚਿਰ ਆਪਾਂ ਰੋਟੀ ਪਾਣੀ ਸਬਜ਼ੀ ਦੀ ਤਿਆਰੀ ਕਰ ਲਈਏ, ਦੁਪਹਿਰ ਦਾ ਟਾਈਮ ਹੋ ਚੁੱਕਿਆ ਵਾ ਅਤੇ ਮੈਂ ਕਿਹਾ ਚੱਲ ਆ ਕੇ ਰੋਟੀ ਰੂਟੀ ਖਾ ਲਊਗੀ ਅਤੇ ਉਨੇ ਚਿਰ ਰੋਟੀ ਦੀ ਤਿਆਰੀ ਕਰ ਲਈਏ, ਅਤੇ ਫਿਰ ਉਹਨੂੰ ਜਾ ਕੇ ਹੁਣੇ ਜਦੋਂ ਫੋਨ ਹੁੰਦਾ ਫਿਰ ਲੈ ਆਉਂਦੇ ਹਾਂ ਜਾ ਕੇ। ਮੈਂ ਤਿਆਰੀ ਕਰ ਲਈ ਉਹਨੇ ਚਿਰ ਰੋਟੀ ਪਾਣੀ ਦੀ ਆਪਾਂ, ਅਤੇ ਸਬਜ਼ੀ ਮੈਂ ਹੀ ਬਣਾਉਂਦਾ ਅੱਜ। ਮੈਂ ਕਿਹਾ ਮੰਮੀ ਮੈਂ ਬਣਾਉਂਦਾ ਅੱਜ ਸਬਜ਼ੀ, ਵੀ ਬਹਿ ਜਾ ਰਮਾਨ ਨਾਲ, ਗਰਮੀ ਬੜੀ ਆ। ਮੈਂ ਕਿਹਾ ਚੱਲ ਮੈਂ ਬਣਾ ਲਊਂਗਾ, ਸਾਰਾ ਵੇਲੇ ਲੱਖ ਲਿਆ ਲਾਗੇ, ਸਬਜ਼ੀ ਬਣਾਉਂਦੇ ਹਾਂ। ਚਾਦਰ ਕੱਢਣ ਦੇ ਬਸ ਹੁਣ 10 ਮਿੰਟ ਬਹਿ ਲਿਆ ਜਿਹੜਾ ਤੁਸੀਂ ਬਹਿਣਾ ਸੀ, ਹੁਣ ਭੱਜਿਆ ਫਿਰ ਹੁਣ ਆ ਲੈਣਾ ਉਹਨੇ, ਹੁਣ ਨਾ ਤੁਹਾਨੂੰ ਸੌਣ ਨੀ ਦੇਣਾ ਤੇ ਨਾ ਜਾਂਦਾ ਮਤਲਬ ਬਹਿਣ ਦੇਣਾ ਹੁਣ ਹੈਂ। ਹੁਣ ਮੰਮੀ ਨੇ ਕਹਿੰਦੀ ਉਹ ਇੱਧਰ ਆ ਜਾ, ਉਹ ਫੜ ਕੇ ਲਿਆਓ ਉਹਨੂੰ, ਕਿੱਥੇ ਚਲਾ ਗਿਆ, ਫਿਰ ਕਦੀ ਉਹ ਮਿੰਟ ਬਾਅਦ ਬਾਹਰ ਗੇਟ ਖੋਲ੍ਹ ਕੇ ਇੱਧਰੋਂ ਭੱਜ ਜਾਂਦਾ, ਫਿਰ ਮੰਮੀ ਫੜ ਕੇ ਲਿਆਉਂਦੇ, ਫਿਰ ਆ ਕੇ ਬਹਿੰਦੇ ਉਹਨੂੰ ਚੰਦ, ਫਿਰ ਭੱਜ ਜਾਂਦਾ। ਮੰਮੀ ਹੁਣਾਂ ਨਾਲ ਸਭ ਤੋਂ ਜ਼ਿਆਦਾ ਮੰਮੀ ਹੁਣਾਂ ਨੂੰ ਖਪਾਉਂਦਾ ਵਾ, ਹੋਰ ਕਿਸੇ ਨੂੰ ਇੰਨਾ ਨਹੀਂ ਖਪਾਉਂਦਾ, ਮੰਮੀ ਹੁਣਾਂ ਨੂੰ ਬਹੁਤ ਜ਼ਿਆਦਾ ਖਪਾਉਂਦਾ ਵਾ, ਇੱਕ ਇੱਕ ਮਿੰਟ ਬਾਅਦ ਇੱਧਰ ਉੱਧਰ ਭੱਜਿਆ ਕਰਦਾ, ਫਿਰ ਮੰਮੀ ਹੁਣ ਫੜ ਕੇ ਲਿਆਉਂਦੇ ਆ। ਚਲੋ ਪ੍ਰੇਮ ਪਿਆਰ ਦੀ ਗੱਲ ਆ, ਅਤੇ ਪਿਆਰ ਵੀ ਬੜਾ ਕਰਦਾ ਮੰਮੀ ਹੁਣਾਂ ਨਾਲ। ਅਤੇ ਮੈਂ ਮੰਮੀ ਹੁਣਾਂ ਬਣਾ ਲਈ ਚਾਹ, ਅਤੇ ਨਾਲ ਆ ਗਏ ਜੀ ਆਪਣਾ ਚਮਚਮ, ਖਾਂਦੇ ਹਾਂ ਚਮਚਮ ਅਤੇ ਨਾਲ ਪੀਂਦੇ ਚਾਹ, ਅਤੇ ਨਾਲ ਵਲੋਗ ਵੇਖ ਰਹੇ ਆਪਣਾ ਲਾ ਕੇ। ਮੰਮੀ ਹੁਣੇ ਕਹਿੰਦੇ ਵਿਖਾਓ ਹਾਂ ਕਿੰਨੇ ਦਿਨ ਹੋ ਗਏ ਵੇਖਿਆ ਨਹੀਂ, ਭਾਈ ਗੁਰਬਾਜ ਆਏ ਨਾ ਮੰਮੀ, ਰੱਖੜੀ ਹੁਣ ਬੰਨ ਦਿਓ ਸਾਰਿਆਂ ਨੂੰ ਹੈਂ, ਹਾਂ ਪਾਉਣ ਦਿਓ। ਖਾਣਾ ਖਾਣਾ ਨਾਲ ਚਮਚਮ ਚਾਹ, ਮਿੱਠੇ ਨਾ ਮਿੱਠੇ ਦਾ ਕੋਂਬੀਨੇਸ਼ਨ, ਕਦੀ ਚਾਹ ਫਿੱਕੀ ਲਿਖਣ ਲੱਗ ਪੈਂਦੀ ਯਾਰ ਖਾ ਕੇ ਨਾਲ, ਇੱਦਾਂ ਦਾ ਸਿਸਟਮ ਬਣ ਜਾਂਦਾ। ਮੰਮੀ ਮੈਂ ਲੈ ਆਉਂਦਾ ਉਹਨੂੰ, ਆ ਗਏ ਫਿਰ ਲਾਗੇ, ਆ ਗਏ ਆ ਗਏ ਲਾਗੇ, ਮੈਂ ਚੱਲ ਮੈਂ ਲੈ ਆਉਂਦਾ, ਤੁਸੀਂ ਰੋਟੀ ਰੋਟੀ ਬਣਾਓ ਨਹੀਂ ਫਿਰ ਹੈਂ। ਮੰਮੀ ਹੁਣੀ ਕਰਨ ਡੇ ਰੋਟੀ ਤਿਆਰ, ਅਤੇ ਕਹਿੰਦੇ ਵੀ ਚਲੋ ਆ ਕੇ ਭੁੱਖ ਭੁੱਖ ਲੱਗੀ ਹੋਈ ਅਤੇ ਖਾ ਲੈਣਗੇ ਰੋਟੀ, ਅਤੇ ਆਪਾਂ ਹੁਣ ਲੈ ਆਈਏ ਜਾ ਕੇ ਪ੍ਰੀਤ ਹੋਣਾ ਨੂੰ, ਆ ਗਏ ਨੇ, ਮੈਂ ਗੋਲਡਨ ਗੇਟ ਲਾਗੋਂ ਲੈ ਆਉਣਾ ਜਾ ਕੇ, ਅਤੇ ਹੁਣ ਆਪਾਂ ਚੱਲਦੇ ਹਾਂ ਗੋਲਡਨ ਗੇਟ। ਮੈਂ
ਭੈਣਾਂ ਨੇ ਕੁਲਚੇ ਛੋਲਿਆਂ ਦੀ ਰੇਹੜੀ ਜੀ ਲਾ ਲਈ ਯਾਰ ਗੁਰਦੁਆਰਾ ਬਾਹਰ, ਗੁਰਦੁਆਰਾ ਸਾਹਿਬ ਦੇ ਬਾਹਰਲੀ ਸਾਈਡ 'ਤੇ ਆਪਣਾ ਵਾਹਿਗੁਰੂ ਕਿਰਪਾ ਕਰੇ ਮਾਲਕਾ। ਹਾਂ ਆਪਣੇ ਇੱਥੇ ਸਕੂਲ ਬਹੁਤ ਵੱਡਾ ਬਾਬਿਆਂ ਦਾ, ਸੰਤਪੁਰੀ ਵਾਲਾ, ਸੰਤਪੁਰੀ ਵਾਲੇ ਬਾਬਿਆਂ ਦਾ ਸਕੂਲ ਆ, ਵੱਡਾ ਸਕੂਲ ਆ। ਇੱਧਰ ਹੈਗਾ ਭਾਈ ਘਨੱਈਆ ਜੀ ਬਿਰਧ ਘਰ ਆਸ਼ਰਮ, ਇੱਥੇ ਬਜ਼ੁਰਗਾਂ ਵਗੈਰਾ ਦੀ ਜਿਹੜੇ ਜਿਨ੍ਹਾਂ ਦੇ ਘਰ ਬਾਰ ਨਹੀਂ ਹੈ, ਸੇਵਾ ਸੁਸਾਇਟੀ ਸੇਵਾ ਹੁੰਦੀ ਹੈ ਇੱਥੇ ਉਹਨਾਂ ਦੀ, ਅਤੇ ਇੱਥੇ ਉਹਨਾਂ ਨੂੰ ਰੱਖਿਆ ਜਾਂਦਾ। ਕਿੱਡਾ ਸੋਹਣੀ ਸ਼ੇਪ ਲੱਗ ਰਹੀ ਹੈ ਦਰਖਤਾਂ ਦੇ ਵਿੱਚ, ਇੱਥੇ ਤਾਂ ਹੋਰ ਖੁੱਲ੍ਹੀ ਹਵਾ ਲੱਗ ਰਹੀ ਹੈ, ਪੈਲੀ ਹੈ ਸਾਈਡਾਂ 'ਤੇ, ਵਿੱਚ ਘਰ ਸੜਕ ਬਣੀ ਹੋਈ ਆ, ਬਹੁਤ ਮਜ਼ੇਦਾਰ ਹੈ, ਠੰਡੀ ਹਵਾ ਲੱਗ ਰਹੀ ਹੈ ਜੀ, ਵਧੀਆ ਹੋ ਰਿਹਾ ਕੰਮ, ਬਹੁਤ ਵਧੀਆ ਲੱਗ ਰਿਹਾ ਜੀ। ਜਿੱਥੇ ਲੱਗਦਾ ਪੂਰਾ ਪਿੰਡ ਹੀ ਆ, ਇਹ ਪਿੰਡ ਹੀ ਆ ਗਏ ਹਾਂ। ਇੱਧਰ ਹੈ ਗੁਰਦੁਆਰਾ ਸਾਹਿਬ, ਲਓ ਜੀ ਪਹੁੰਚ ਗਏ ਗੋਲਡਨ ਗੇਟ, ਇੱਥੇ ਕਰਦੇ ਹਾਂ ਵੇਟ ਫਰੀਦ ਦੀ, ਕਹਿੰਦੀ ਲਾਗੇ ਛਾਗੇ ਆ ਗਈ, ਦੇਖਦੇ ਹਾਂ, ਕਹਿੰਦੀ ਇੱਥੇ ਉਤਰਨਾ ਗੋਲਡਨ ਗੇਟ, ਨਾ ਉਤਰਦੀ, ਚਲੋ ਉਤਰਦੀ ਹੈ ਤਾਂ ਲੈ ਜਾਂਦੇ ਹੁਣੇ। ਕਹਿੰਦੀ ਥੋੜ੍ਹਾ ਜਿਹਾ ਪਿੱਛੇ ਲਾ ਤਾ ਗੋਲਡਨ ਗੇਟ ਤੋਂ, ਮੈਂ ਚੱਲ ਮਾਰ ਗਿਆ, ਉਹ ਆਉਂਦੇ ਸਾਹਮਣੇ ਤੁਰੇ ਸਿਆਰ 'ਤੇ, ਬਾਜ ਆ ਗਿਆ ਬਾਜ। ਉਹ ਆ ਗਿਆ ਭੱਜਿਆ, ਆ ਗਿਆ ਭੱਜਿਆ 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 ਜਾ ਰਿਹਾ। ਉਹ ਬੱਲੇ ਬਾਜ ਸਿੰਘ ਆ ਗਿਆ ਸਾਡਾ, ਹਾਂ ਬਾਜ ਸਿੰਘ ਆ ਗਿਆ, ਬਾਜ ਸਿੰਘ ਆ ਗਿਆ। ਚੱਲੀਏ ਘਰ, ਚੱਲੀਏ ਅੱਗੇ ਬਹਿਣਾ ਹੀ, ਅੱਗੇ ਬਹਿਣਾ, ਉਹ ਅੱਗੇ ਬਹਿ ਗਏ, ਬਾਬਾ ਟਾਈਮ ਲਾਤਾ ਵਾ, ਬਾਜ ਦਾਦੀ ਮਾਂ ਨੇ ਤੇਰੇ ਵਾਸਤੇ ਟੈਂਕ, ਮੈਂ ਤਾਂ ਟੈਂਕ ਲੈ ਗਿਆ, ਦਾਦੀ ਮਾਂ ਨੇ ਤੇਰੇ ਵਾਸਤੇ ਖਡੌਣੇ ਸਾਰੇ ਸਾਫ ਕਰਕੇ ਰੱਖੇ ਸੀ ਉੱਥੇ, ਤੇਰੇ ਧੋ ਕੇ ਰੱਖੇ ਖਡੌਣੇ ਸਾਰੇ, ਕਹਿੰਦੀ ਬਾਜ ਆਊਗਾ ਤਾਂ ਖੇਡੂਗਾ। ਚਲੋ ਹੁਣ ਚੱਲਦੇ ਹਾਂ ਘਰ, ਇੱਥੇ ਵਧੀਆ ਰਹਿੰਦਾ ਵਾ ਗੋਲਡਨ ਗੇਟ ਉੱਤਰ, ਜਦੋਂ ਮਾਂ ਨਾਲ ਮੈਂ ਘਰ ਹੀ ਘੁੰਮ ਨਾਲ ਨਾਲ ਹੀ, ਠੀਕ ਆ। ਆਹ ਬ੍ਰਿਕਸ਼ ਬੜੇ ਸੋਹਣੇ ਲੱਗਦੇ, ਛਤਰੀਆਂ ਹੀ ਆ, ਪਤਾ ਨਹੀਂ ਨਾਂ ਕੀ ਆ, ਬਹੁਤ ਵਧੀਆ, ਬਹੁਤ ਸੋਹਣਾ ਹੈ ਨਾ ਗੁਰਬਾਜ ਸਾਹਿਬ। ਇੱਧਰ ਹੈਗਾ ਗ੍ਰੈਂਡ ਰਿਜ਼ੋਰਟ, ਮੀਂਹ ਨਹੀਂ ਆਪਣੇ ਆਇਆ ਅਤੇ ਉਹ ਪਿੱਛੇ ਪਿੱਛੇ ਹੈਗਾ ਜੀ, ਜਲੰਧਰ ਬਹੁਤ ਜ਼ਿਆਦਾ, ਪ੍ਰੀਤ ਕਹਿਣ ਡੀ ਆ ਜਲੰਧਰ ਬਹੁਤ ਜ਼ਿਆਦਾ ਮੀਂਹ, ਇੱਧਰ ਹੀ ਬੱਦਲ ਬਣਨ ਡਿਆ ਵਾ ਮੀਂਹ, ਅਜੇ ਕੱਲ੍ਹ ਪਿਆ, ਪਰਸੋਂ ਪਿਆ ਸੀ ਸਵੇਰੇ ਬਹੁਤ ਜ਼ਿਆਦਾ ਇੱਥੇ।
ਇੱਥੇ ਵੀ ਬਹੁਤ ਵੱਡਾ ਸਕੂਲ ਹੈਗਾ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹੈਗਾ, ਆਹ ਤੁਸੀਂ ਦੇਖ ਸਕਦੇ ਹੋ ਅਤੇ ਬਹੁਤ ਵੱਡਾ ਸਕੂਲ ਆ। ਅੰਦਰ ਪਾਰਕ ਵਗੈਰਾ ਵੀ ਹੈਗੇ ਆ ਬੱਚਿਆਂ ਦੇ ਖੇਡਣ ਨੂੰ, ਕਾਫੀ ਤਕੜਾ ਸਕੂਲ ਆ ਵੇਖੋ। ਔਰ ਪਿੱਛੋਂ ਤੱਕਣ ਉਹ ਅੰਦਰ ਖੇਡਾਂ ਹੋ ਰਹੀਆਂ ਅਤੇ ਆਹ ਇੱਥੋਂ ਦਾ ਵੱਡਾ ਵੱਡਾ ਕਾਫੀ ਵੱਡਾ ਸਕੂਲ ਯਾਰ। ਸਜਾਏ ਖਿਡੌਣੇ ਦਾਦੀ ਮਾਂ ਨੇ ਤੇ ਸਾਰੇ ਮਾਮਾ। ਫੌਜੀਆਂ ਵਾਲਾ ਟੈਂਕ ਦਾਦੀ ਮਾਂ ਕੋਈ ਦਾਦੀ ਮਾਂ ਕੋਲ ਲੈ ਪਾਰ ਤੇ ਕਰ ਪਹਿਲਾਂ ਦਾਦੀ ਮਾਂ ਨਾਲ। ਮਾਮਾ ਕਹਿੰਦਾ ਫੌਜੀਆਂ ਵਾਲਾ ਟੈਂਕ ਦੋ ਹੁੰਦੇ ਆ ਮੈਨੂੰ। ਫੌਜੀਆਂ ਵਾਲਾ ਟੈਂਕ ਕਿੱਥੇ ਰੱਖਿਆ? ਖੁਸ਼ ਹੋ ਗਿਆ। ਥੱਲੇ ਚਲਾਣਾ ਆਵੇ ਚੱਲ ਚਲਾ। ਜੇਸੀਬੀ ਚੁੱਕ ਲਿਆ ਹੁਣ। ਕੀ ਰੋਟੀ ਖਾਣੀ ਬਾਜ? ਭੁੱਖ ਲੱਗੀ ਆ? ਦੱਸਦਾ ਨੀ ਆ ਬਾਜ ਬਾਜ ਨੂੰ ਆਵੇ। ਐਸਕ੍ਰੀਮ ਲਿਆਂਦੀ ਬਾਜ ਵਾਸਤੇ ਐਸਕ੍ਰੀਮ। ਕੌਣ ਲੈ ਗਿਆ ਸੀ? ਮੈਂ ਕੌਣ ਬਾਜ ਵਾਸਤੇ ਹੈਨਾ ਬਾਜ ਕੌਣ ਹੈਗੀ? ਕੌਣ ਇੱਕ ਫੋਨ ਲੈ। ਓ ਵਾਓ ਆਹ ਲੈ ਗਿਆ ਜੀ ਆਪਣੀ ਚਾਦਰ ਲਿਆ ਜੀ ਘਰ ਵਾਸਤੇ ਅਤੇ ਨਾਲ ਹੋਰ ਕੀ ਲਿਆਂਦਾ? ਨਾਈਟ ਸੂਟ। ਨਹੀਂ ਸੋਹਣੀ ਸਹੀ ਹੈ। ਹਾਂ ਨਹੀਂ ਸੋਹਣੀ ਹੈ ਚਾਦਰ, ਵਧੀਆ ਵਾ। ਠੀਕ ਹੈ ਇਹ ਸੋਹਣੀ ਸਹੀ ਹੈ। ਨਾਈਟ ਸੂਟ ਨਾਲ
ਹਾਂ ਠੀਕ ਆ। ਔਰ ਰਾਤ ਨੂੰ ਬੰਦਾ ਗਾਂ ਸਿਆਲ ਆ ਹੋਣਾ ਰਮਾਨ ਨਾਲ ਬੰਦਾ ਹਨਾ ਗਰਮ ਆ ਕਿ ਮਤਲਬ ਠੀਕ ਹੀ ਆ ਕੋਟਨ 'ਚ ਆ ਕੋਟਨ 'ਚ ਆ ਠੀਕ ਆ ਵਧੀਆ ਸੋਹਣਾ ਨਹੀਂ ਵਧੀਆ ਵਧੀਆ ਪਰਸੋਂ ਹੀ ਨਵਾਂ ਲਿਆ ਚਲੋ ਵਧੀਆ ਠੀਕ ਆ ਸਹੀ ਆ ਸਹੀ ਆ ਵਧੀਆ ਨਹੀਂ ਠੀਕ ਆ ਸਾਰਾ ਸਮਾਨ ਸਹੀ ਆ ਹੋ ਗਿਆ ਸਟਾਰਟ ਬਸ ਦੇ ਛਾਲਾਂ ਦਾ ਛਾਲਾਂ ਉੱਤੋਂ ਚੜ੍ਹ ਕੇ ਮਾਰ ਛਾਲਾਂ ਮਾਰਨ ਡਿਆ ਬਸ ਹੋ ਗਿਆ ਸਟਾਰਟ ਕਿ ਬਸ ਵਾਲਾ ਚਲੋ ਆਏ ਸਾਹਿਬ ਇੱਥੇ ਵੀ ਬੜੀ ਮੁਸ਼ਕਲ ਹੋਈ ਸੀ ਤੇਰੀਆਂ ਕਿੰਨੀਆਂ ਰੱਖੜੀਆਂ ਆਈਆਂ ਤੇਰੀਆਂ ਰੱਖੜੀਆਂ ਤੇ ਕਿੰਨੀਆਂ ਦੇ ਕੇ ਗਏ ਡੱਬਾ ਪੂਰਾ ਭਰਿਆ ਸੀ ਇੱਕ ਰੱਖੜੀਆਂ ਦਾ ਦਾਦੀ ਨੂੰ ਬੱਫੀ ਪਾ ਕੇ ਮਿਲੇ ਅੰਗਣੀ ਕੌਣ ਲਿਆਇਆ ਕੌਣ ਆ ਉਹ ਲਿਆਣੀ ਚੀਜ਼ ਉਹ ਸਿੱਧਾ ਚੱਲ ਲਿਆ ਮੈਂ ਚੱਲ ਮੁੰਡੇ ਉੱਤੇ ਖੜਦੇ ਮੈਂ ਕਿਹਾ ਗੁਰਬਾਜ ਅੱਜ ਆਇਆ ਤੇ ਨਾਲ ਹੀ ਦੀਦੀ ਹੋਣਾ ਦਾ ਫੋਨ ਆ ਗਿਆ ਵੀ ਇਹਨੂੰ ਮਿਲਾ ਕੇ ਜਾਓ ਪਹਿਲਾਂ ਤੇ ਹੁਣ ਆਪਾਂ ਚੱਲਦੇ ਦੀਦੀ ਹੋਣਾ ਵੱਲ ਮਿਲਾ ਕੇ ਲਿਆਉਂਦੇ ਜਾ ਕੇ ਗੁਰਬਾਜ ਨੂੰ ਹਨਾ ਚੱਲੀਏ ਗੁਰਬਾਜ ਚਲੋ ਚੱਲਦੇ ਆ ਨਾਲ ਰੱਖੜੀਆਂ ਵੀ ਪਈਆਂ ਮੈਂ ਨਾਲ ਬੰਧੂਗੀ ਏਂਜਲ ਵੀ ਇਹਦੇ ਗੁਰਬਾਜ ਸਿੰਘ ਨੂੰ ਖੜਵਾ ਤਾ ਰੇਹੜੀ ਦੇ ਮੈਂ ਚੱਲ ਖਲੋਤੇ ਆ ਜੂਸ ਪਿਆ ਦੀ ਇਹਨੂੰ ਬਣਾਉਣਾ ਸ਼ੇਰ ਗੁਰਬਾਜ ਪੀਣਾ ਹੈ ਗੁਰਬਾਜ ਦੇਖ ਕੇ ਬਹਿ ਗਿਆ ਕਿੱਦਾਂ ਉੱਪਰ ਮਜ਼ੇਦਾਰ ਆ ਯਮੀ ਆ ਨਾ ਮੈਂ ਏਂਜਲ ਮੈਂ ਚੱਲ ਗੁਰਬਾਜ ਨੂੰ ਰੱਖੜੀ ਬੰਨ ਲਓ ਕੇ ਡੱਬਾ ਵੀ ਲੈ ਲਿਆ ਸੀ ਨਾਲ ਹੀ ਅਤੇ ਹੁਣ ਚਲੋ ਪਹੁੰਚੋ ਉੱਠੇ ਦੇ
ਸਤਿ ਸ਼੍ਰੀ ਅਕਾਲ ਬੁਲਾ ਦੇ ਮੋਟੂ ਪਤਲੂ ਲੈ ਕੇ ਆਇਆ ਜੀ। ਨਾ ਬਸ ਬਣਾ ਲਓ ਰੱਖੜੀ ਬਣ ਲੱਗੀ ਹੋ ਭੂਈ ਰੱਖੜੀ ਬਣ ਲੱਗੀ ਉਹ ਬਣਾ ਲਾ ਰੱਖੜੀ ਬਣਾ ਲਾ ਉਹ ਮੋਟੂ ਪਤਲੂ ਵਾਲੀ ਬਣ ਲਾ ਵਾਓ ਭੂਈ ਲੈ ਕੇ ਆਇਆ ਸੀ ਭੂਈ ਬਲਾ ਰੱਖੜੀ ਬਣਾ ਲਾ ਪੁੱਤ ਠੀਕ ਆ ਬਾਜ ਕਵੀ ਬਣਨੀ ਮੈਨੂੰ ਸਾਰਾ ਪਤਾ ਵਾ ਉਹ ਵੇਲਾ ਸੈੱਲ ਡਾਊਨ ਹੋ ਗਿਆ ਨਾ ਸੈੱਲ ਡਾਊਨ ਹੋ ਚੱਲ ਇਹ ਥੋੜਾ ਵਿੱਚ ਘਰ ਜ ਕਰੋ ਵਿੱਚ ਘਰ ਜ ਕਰੋ ਐਂਜਲ ਕਿੱਥੇ ਆ ਮੇਰੇ ਘਰ ਤੇ ਤੁਹਾਡੇ ਨਾਲੋਂ ਵੀ ਵੱਡਾ ਏਸੀ ਲੱਗਾ ਏ ਉਧਰ ਵੇਖ ਕਹਿੰਦਾ ਏਸੀ ਨਹੀਂ ਚੱਲਣ ਡਿਆ ਤੁਹਾਡੇ ਘਰ ਤੇ ਗਰਮੀ ਬੜੀ ਆ ਏਂਜਲ ਤੇ ਗਈ ਹੋਈ ਆਪਣੀ ਸਹੇਲੀ ਵੱਲ ਕਹਿਣ ਪਤਾ ਨੀ ਇੱਥੇ ਨੀ ਹੈਗੀ ਲਾਗੇ ਛਾਗੇ ਗਈ ਹੋਣੀ ਕਿਤੇ ਤੇ ਹੁਣ ਮੈਂ ਕਿਹਾ ਚੱਲ ਮੈਨੂੰ ਦੀਦੀ ਨੂੰ ਮਿਲਾ ਲਿਆ ਹੈਗੀ ਵੱਡੀ ਦੀਦੀ ਨੂੰ ਮਿਲ ਲਿਆ ਤੇ ਫਿਰ ਚੱਲਦੇ ਆਪਾਂ ਘਰ ਵਾਲਾ ਵੀ ਆ ਗਿਆ ਕਿੱਥੇ ਹੈਗੀ ਆ ਕਰਨ ਲਈ ਕੰਮ ਹੋ ਕਿੱਥੇ ਚੜ ਕੇ ਬੈਠਾ ਵਾ ਕੀ ਬਣਾਉਣ ਡਿਆ ਹੈ ਵੇਖੋ ਜੀ ਮੈਗੀ ਬਣਾਉਣ ਡਿਆ ਕਿੱਥੇ ਚੜ ਕੇ ਉੱਪਰ ਮੰਮੀ ਕਿੱਥੇ ਆ ਕੋਠੇ ਤੇ ਨੇ ਬੱਚੇ ਬੜੇ ਸ਼ੈਤਾਨ ਹੋ ਗਏ ਆ ਆਪੇ ਮੈਗੀਆਂ ਬਣਾਉਣ ਡਏ ਆ ਮਨਦੀਪ ਆਜਾ ਆਜਾ
ਸਤਿ ਸ਼੍ਰੀ ਅਕਾਲ ਤੇ ਬਾ ਦੇ ਉਹਨੂੰ, ਸਤਿ ਸ਼੍ਰੀ ਅਕਾਲ ਮੀਨੂ ਨੂੰ, ਸਤਿ ਸ਼੍ਰੀ ਅਕਾਲ ਬੁਲਾ ਦੇ ਮੀਨੂ ਨੂੰ। ਚਲੋ ਜਾ ਪੱਫਾ ਤੇ ਪਾਲਾ ਉਹਦੇ ਨਾਲ, ਮੀਨੂ ਨਾਲ ਪੱਫਾ ਪਾਲਾ। ਮੈਨੂੰ ਰੱਖੜੀ ਬਣਾ ਲਾ, ਚੱਲ ਜਾ। ਉਹ ਕਹਿੰਦਾ ਮੀਨੂ, ਮੀਨੂ ਨੂੰ ਕਹਿੰਦਾ ਵੀ ਮੈਂ ਤੈਨੂੰ ਨਾ ਰੱਖੜੀ ਨਾ ਖੋਲ ਕੇ ਦਿੰਦਾ ਵਾ, ਤੂੰ ਫਿਰ ਬੰਨਦੀ ਆਪੇ ਹੀ ਖੋਲ ਕੇ ਕਹਿੰਦਾ ਦਿੰਦਾ ਵਾ। ਓ ਖੋਲਤੀ ਜੇ ਚੱਲ ਚੱਲ, ਮੀਨੂ ਮੀਨੂ ਕੋ ਦੇ ਦੇਣਾ, ਮੀਨੂ ਕੋ ਬਣਵਾ ਲਾ ਫਿਰ, ਬਣਵਾ ਲਾ ਮੀਨੂ ਕੋ ਰੱਖੜੀ, ਜਲਦੀ ਕਰ, ਮੀਨੂ ਭੁਈ ਕੋ ਬਣਵਾ ਲਾ ਪੁੱਤ। ਚੱਲ ਜਾ ਬਣਾ ਲਾ ਰੱਖੜੀ, ਬਣਾ ਲਾ, ਚੱਲ ਜਾ ਜਾ ਰੱਖੜੀ ਬਣਾ। ਨਹੀਂ ਨਹੀਂ ਪੁੱਤ, ਸ਼ਿਰਾਜ ਨੇ ਬੁਲਾ ਵੇਖਿਆ ਕਹਿੰਦਾ ਤੁਹਾਡੇ ਵਾਲੀ ਮੈਗੀ ਤਾਂ ਬਹੁਤ ਹੀ ਵਧੀਆ। ਚਲੋ ਜੀ ਚਲੋ ਜੀ ਚਲੋ, ਵੱਡੀ ਦੀਦੀ ਕੋਈ ਮੂੰਹ ਮਿੱਠਾ ਕਰ ਲਾ ਨਾ, ਕਰਾਇਆ ਨੀ ਉਦੋਂ ਮੂੰਹ ਮਿੱਠਾ, ਆ ਕਰਤਾ। ਨਹੀਂ ਭੂਆ ਜੀ, ਭੂਆ ਜੀ ਵੀ ਲੈ ਗਿਆ ਸੀ ਗੁਰਬਾਜ, ਹਾਂ ਗੁਰਬਾਜ ਵਾਸਤੇ ਜੀ, ਇਹ ਭੂਆ ਜੀ ਸਾਰਿਆਂ ਵੱਲੋਂ ਆਈ ਆ ਰੱਖੜੀ ਜੀ, ਅਤੇ ਭੈਣਾਂ ਵੱਲੋਂ ਤੁਹਾਡੇ ਵੱਲੋਂ, ਅਤੇ ਆਪਣਾ ਭੂਆ ਜੀ ਵੀ ਲੈ ਗਿਆ ਸੀ ਗੁਰਬਾਜ ਲਈ, ਕਹਿੰਦੇ ਧਾਗਾ ਮੰਨਦੇ ਉਹਨੂੰ। ਰੱਖੜੀਆਂ ਦੇ ਢੇਰ ਹੀ ਲੱਗ ਗਏ ਆ ਅਤੇ ਗੁਰਬਾਜ ਦੀਆਂ ਬਾਹਾਂ, ਤਿੰਨ ਚਾਰ ਉੱਧਰ ਤਿੰਨ ਚਾਰ ਇੱਧਰ, ਹੁਣ ਭੂਆ ਜੀ ਵੱਲੋਂ ਧਾਗਾ ਆਇਆ ਸੀ ਉਹ ਵੀ ਬੰਨਤਾ ਵਾ, ਅਤੇ ਇਹਨਾਂ ਵੱਲੋਂ ਭੈਣ ਵੱਲੋਂ, ਇਹਨਾਂ ਮਨਦੀਪ ਵੱਲੋਂ, ਸੰਦੀਪ ਵੱਲੋਂ, ਵੱਡੀ ਦੀਦੀ ਵੱਲੋਂ, ਸਾਰੇ ਵੱਲੋਂ ਆਇਆ ਸੀ, ਸਾਰੀਆਂ ਬੰਨ ਗਈਆਂ ਉੱਧਰ ਵਹਾ ਹੋਏ ਆਵੇ, ਦੋਵੇਂ ਦੋਵੇਂ ਬਾਹਾਂ ਭਰ ਗਈਆਂ ਇਹਦੀਆਂ। ਚਲੋ ਫਿਰ ਘਰ ਚੱਲੀਏ, ਹੁਣ ਮਿਲ ਲਿਆ, ਚਲੋ ਚੱਲੀਏ ਹੁਣ ਮਿਲ ਕੇ, ਹੁਣ ਚੱਲਦੇ ਘਰ ਆਪਾਂ, ਹਨਾ ਚੱਲੀਏ ਘਰ ਹੁਣ ਗੁਰਬਾਜ ਆਪਾਂ। ਲਓ ਜੀ ਗੁਰਬਾਜ ਨੇ ਮਿਲਿਆ, ਇਸ ਤਰ੍ਹਾਂ ਨੂੰ ਤਾਂ ਚੱਲਦੇ ਹਾਂ ਘਰ ਹੁਣ। ਚਲੋ ਠੀਕ ਆ, ਚੰਗਾ ਭੈਣ, ਠੀਕ ਆ, ਚੱਲੀਏ ਹੁਣ ਘਰ ਨੂੰ।
ਪੈਣ ਡਿਆ ਪੁਰੇ ਪੁਰੇ ਤੇ ਇਹ ਹੈਗਾ ਜੀ ਗੁਰਬਾਜ ਦਾ ਨਵਾਂ ਚੈਨਲ ਤੇ ਮੇਰੇ ਸਾਰੇ ਭੈਣ ਭਰਾ ਜਾ ਕੇ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ। ਹਾਂਜੀ ਜੀ ਹਾਂਜੀ ਜੀ ਨਾਲ ਮੇਰੇ ਕੁਝ ਖਾਸ ਭੈਣ ਭਰਾ ਵਾਸਤੇ ਕਿ ਸਾਡਾ ਵੀ ਨਾਲ ਵਲੋਗ ਦੇਵੇ ਤੇ ਇੱਕ ਮੇਰੇ ਵੀਰ ਜੀ ਹੈਗੇ ਨੇ ਗੁਰਪ੍ਰੀਤ ਸਿੰਘ ਜੀ ਅਨੇ ਤੇ ਇੱਕ ਮੇਰੇ ਵੀਰ ਜੀ ਹੈਗੇ ਨੇ ਜੀ ਗੁਰਪ੍ਰੀਤ ਸਿੰਘ ਅਨੇਜਾ ਜੀ ਹੈਪੀ ਬਰਥਡੇ ਭਾਜੀ। ਹਾਂਜੀ ਜੀ ਨਾਲ ਮੇਰੇ ਕੁਝ ਖਾਸ ਭੈਣ ਭਰਾ ਵਾਸਤੇ ਕਿ ਸਾਡਾ ਵੀ ਨਾਲ ਵਲੋਗ ਦੇਵੇ ਤੇ ਇੱਕ ਮੇਰੇ ਵੀਰ ਜੀ ਹੈਗੇ ਨੇ ਜੀ ਗੁਰਪ੍ਰੀਤ ਸਿੰਘ ਅਨੇਜਾ ਜੀ ਹੈਪੀ ਬਰਥਡੇ ਭਾਜੀ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੇ ਜੀ ਪੂਜਾ ਜੀ ਜਲੰਧਰ ਤੋਂ ਐਂਡ ਮਾਨਕ ਜੀ ਜਲੰਧਰ ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੇ ਜੀ ਕਮਲਜੀਤ ਕੌਰ ਜੀ ਢਿੱਲੋਂ USA ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਅਸ਼ਲੀਨ ਕੌਰ ਜੀ ਸਪੇਨ ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਗੁਰਪ੍ਰੀਤ ਕੌਰ ਜੀ ਤਰਨ ਤਾਰਨ ਤੋਂ ਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਰਣਜੀਤ ਕੌਰ ਜੀ ਤਰਨ ਤਾਰਨ ਤੋਂ ਤੇ ਨਾਲ ਮੇਰੇ ਇੱਕ ਹੋਰ ਵੀਰ ਜੀ ਹੈਗੇ ਨੇ ਸੇਵਕ ਸਿੰਘ ਜੀ ਕਪੂਰਥਲੇ ਤੋਂ। ਹਾਂਜੀ ਜੀ ਫਿਰ ਕਿੱਦਾਂ ਲੱਗਾ ਇਹਦਾ ਵਲੌਗ? ਜੇ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਨਾਲ ਦੇ ਨਾਲ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ। ਮਿਲਦੇ ਹਾਂ ਸੁਣ ਜੇ ਫੈਮਿਲੀ ਵਲੌਗ ਦੇ ਨਾਲ। ਬਾਏ ਬਾਏ।